ਕੋਰੋਨਾ ਵਾਇਰਸ ਦੀ ਭਾਰਤ ਵਿੱਚ ਵੱਧਦੀ ਦਹਿਸ਼ਤ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਮਾਰਚ ਨੂੰ ਜਨਤਾ ਕਰਫਿਊ ਦਾ ਸੱਦਾ ਦਿੱਤਾ ਗਿਆ। ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੱਲੋਂ ਜਨਤਾ ਕਰਫਿਊ ਨੂੰ ਸਹਿਯੋਗ ਕਰਨ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਸੰਭਲ ਕੇ ਰਹਿਣ ਦੀ ਅਪੀਲ ਕੀਤੀ ਹੈ। ਦੇਖੋ, ਪਹਿਲਾਂ ਤਾਂ ਇਹਦੇ 'ਚ ਜਿੰਨਾ ਵੀ ਇਹਤਿਆਤ ਕੀਤਾ ਜਾਵੇ ਉਨਾ ਹੀ ਥੋੜ੍ਹਾ ਹੈ, ਔਰ ਇਹਦੇ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਇੰਨਾ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਹੈ। ਲੋੜ ਇਹ ਜ਼ਰੂਰ ਹੈ ਕਿ ਉਹਦੇ ਲਈ ਅਵੇਅਰ ਹੋਣਾ, ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ, ਔਰ ਜਿੰਨਾ ਵੀ ਵੱਧ ਤੋਂ ਵੱਧ ਸੰਭਵ ਹੋਵੇ ਕਿ ਅਸੀਂ ਬਾਹਰ ਜਾਣ 'ਤੇ ਔਰ ਕੰਮਾਂ ਨੂੰ ਕਰਕੇ ਘਰ ਤੋਂ ਹੀ ਆਪਣੇ ਸਾਰੇ ਕੰਮ ਚਲਾਈਏ, ਔਰ ਅਸੀਂ ਜਿੰਨਾ ਵੀ ਕਿਸੇ ਦੂਸਰੇ ਦੇ ਸੰਪਰਕ 'ਚ ਆਉਣ ਤੋਂ ਬਚ ਸਕਦੇ ਹਾਂ ਉਨਾ ਬਚਣ ਦੀ ਕੋਸ਼ਿਸ਼ ਕਰੀਏ। ਇਹਦੇ 'ਚ ਬਚਾਓ ਦੇ ਵਿੱਚ ਹੀ ਬਚਾਓ ਹੈ, ਔਰ ਅਗਰ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਬੁਖਾਰ 'ਚ ਜ਼ੁਕਾਮ ਭਾਵ ਜਦੋਂ ਬੁਖਾਰ ਦੀ ਸ਼ਕਲ ਲੈ ਲੈਂਦਾ, ਉਹਨੂੰ ਕਿਤੇ ਤਕਲੀਫ ਹੁੰਦੀ ਹੈ, ਤਾਂ ਉਹਦੇ ਲਈ ਜਲਦ ਤੋਂ ਜਲਦ ਜਿਹੜਾ ਆ ਉਹ ਸਿਵਲ ਹੋਸਪਿਟਲ ਦੇ ਨਾਲ ਸੰਪਰਕ ਕਰਨਾ ਚਾਹੀਦਾ, ਤਾਂ ਕਿ ਉਹਦਾ ਸਮੇਂ ਰਹਿੰਦੇ ਉਹਨੂੰ ਪ੍ਰਕੋਸ਼ਨ ਲੈ ਜਾ ਸਕੇ ਔਰ ਦੂਸਰਿਆਂ ਨੂੰ ਬਚਾਇਆ ਵੀ ਜਾ ਸਕਦਾ, ਕਿਉਂਕਿ ਇਹਦਾ ਬਹੁਤ ਜਲਦੀ ਸੰਪਰਕ ਆਉਣ ਦੇ ਨਾਲ ਇਹ ਫੈਲਦਾ ਆ। ਅਸੀਂ ਦੇਖਦੇ ਹਾਂ ਕਿ ਥੋੜ੍ਹਾ ਜਿਹਾ ਵੀ ਅਗਰ ਇਹਦੇ 'ਚ ਕੁਤਾਹੀ ਹੁੰਦੀ ਹੈ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਉਹਦੇ 'ਚ ਬਹੁਤ ਸਾਰੀਆਂ ਸਾਡੇ ਕੋਈ ਇਗਜ਼ਾਮਪਲਾਂ ਇਸ ਵੇਲੇ ਹੈ। ਸੋ ਇਹਦੇ 'ਚ ਜਿੰਨਾ ਵੀ ਅਸੀਂ ਬਚ ਸਕਦੇ ਹਾਂ ਉਨਾ ਬਚਣ ਦੀ ਲੋੜ ਹੈ। ਪ੍ਰਧਾਨ ਮੰਤਰੀ ਜੀ ਨੇ ਇਹਦੇ ਲਈ ਕੱਲ੍ਹ ਭਾਵ 22 ਤਰੀਕ ਨੂੰ 22 ਮਾਰਚ ਨੂੰ ਜਨਤਾ ਵੱਲੋਂ ਇੱਕ ਜਨਤਾ ਕਰਫਿਊ ਦਾ ਅਹਿਵਾਨ ਕੀਤਾ ਆ ਕਿ ਅਸੀਂ ਸਾਰੇ ਹੀ ਇਸ ਦਾ ਆਪਣੇ ਘਰਾਂ ਵਿੱਚ ਬੈਠ ਕੇ ਹੀ ਆਪਣੇ ਆਪ ਨੂੰ ਅਲੱਗ ਥਲੱਗ ਕਰੀਏ ਔਰ ਕਰਫਿਊ ਵਾਂਗ ਮਾਹੌਲ ਬਣਾਈਏ, ਤਾਂ ਕਿ ਇਹਨੂੰ ਇੱਕ ਸੰਦੇਸ਼ ਇਸ ਪਾਸੋਂ ਵੀ ਹੈ ਕਿ ਅਸੀਂ ਇਹਨੂੰ ਫੈਲਾਉਣ ਤੋਂ ਜਿੰਨਾ ਵੀ ਰੋਕ ਸਕਦੇ ਹਾਂ ਇਹ ਫੈਲੇ ਨਾ, ਉਹਦੀ ਰੋਕਥਾਮ ਦੇ ਲਈ ਅਸੀਂ ਆਪਣੇ ਅੱਗੇ ਆਈਏ ਕਰੀਏ। ਔਰ ਨਾਲ ਨਾਲ ਇਹ ਜਿਹੜਾ 7 ਤੋਂ 9 ਵਜੇ ਤੱਕ ਉਹਨਾਂ ਨੇ ਆਪਣੇ ਘਰਾਂ ਵਿੱਚ ਰਹਿਣ ਦੇ ਲਈ ਕਿਹਾ, ਔਰ ਨਾਲ 5 ਵਜੇ ਸਾਰਿਆਂ ਨੂੰ ਇਹ ਵੀ ਆਹਵਾਨ ਕੀਤਾ ਕਿ ਆਪਣੇ ਘਰਾਂ ਦੀਆਂ ਛੱਤਾਂ 'ਤੇ, ਘਰਾਂ ਦੀਆਂ ਖਿੜਕੀਆਂ 'ਚ ਜਾਂ ਬਾਹਰ ਉਹਦੇ 'ਚ ਆ ਕੇ, ਪਰ ਘਰ ਦੇ ਅੰਦਰ ਰਹਿ ਕੇ ਹੀ ਬਾਕੀ ਸਾਰੇ ਲੋਕਾਂ ਨੂੰ ਇੱਕ ਦੂਸਰੇ ਨਾਲ ਤਾਲਮੇਲ ਮਿਲਾ ਕੇ ਤਾੜੀਆਂ ਦੇ ਨਾਲ, ਝੰਡੇ ਦੇ ਨਾਲ ਬਰਤਨ ਖੜਕਾ ਕੇ, ਭਾਵ ਉਹਦਾ ਮਤਲਬ ਇਹ ਹੈ ਕਿ ਅਸੀਂ ਪੂਰੀ ਤਰ੍ਹਾਂ ਆਪਣੀ ਹਿੰਮਤ ਰੱਖ ਕੇ ਬੈਠੇ ਹਾਂ ਔਰ ਇਸ ਜਿਹੜੀ ਹੈ ਬਿਮਾਰੀ ਦੇ ਨਾਲ ਪੂਰੀ ਤਰ੍ਹਾਂ ਲੜਨ ਲਈ ਤਿਆਰ ਹਾਂ। ਇਸ ਹੌਸਲੇ ਦੇ ਨਾਲ ਇਸ ਸਮੱਸਿਆ ਦਾ ਅਸੀਂ ਸਮਾਧਾਨ ਕਰਾਂਗੇ, ਇਸ ਭਾਵਨਾ ਦੇ ਨਾਲ ਉਹਨਾਂ ਨੇ ਇੱਕ ਪ੍ਰਧਾਨ ਮੰਤਰੀ ਜੀ ਨੇ ਪੂਰੇ ਦੇਸ਼ ਨੂੰ ਆਹਵਾਨ ਕੀਤਾ। ਸੋ ਮੈਂ ਪ੍ਰਧਾਨ ਮੰਤਰੀ ਜੀ ਦੇ ਉਸ ਆਹਵਾਨ ਨੂੰ ਆਪਣੇ ਉਹਨਾਂ ਦੇ ਨਾਲ ਮੈਂ ਜੋੜਦਾ ਹੋਇਆ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਆਹਵਾਨ ਕੀਤਾ ਅਸੀਂ ਉਹਨਾਂ ਦਾ ਸਹਿਯੋਗ ਕਰੀਏ, ਔਰ ਕਰੋਨਾ ਵਾਇਰਸ ਇੱਕ ਜਿਹੜਾ ਬਹੁਤ ਵੱਡੀ ਪੂਰੀ ਦੁਨੀਆ ਦੇ ਵਿੱਚ ਇੱਕ ਮਹਾਂਮਾਰੀ ਦੇ ਰੂਪ ਦੇ ਵਿੱਚ ਵੱਧ ਅੱਗੇ ਆਇਆ, ਉਸ ਨੂੰ ਰੋਕਣ ਦੇ ਵਿੱਚ ਇੱਕ ਅਸੀਂ ਸਹਾਇਕ ਹੋਈਏ ਔਰ ਇਹ ਕਿਸੇ ਤਰੀਕੇ ਨਾਲ ਫੈਲੇ ਨਾ। ਅਗਰ ਕਿਸੇ ਨੂੰ ਵੀ ਐਸੀ ਬਿਮਾਰੀ ਹੁੰਦੀ ਹੈ ਤਾਂ ਉਹ ਜਿੱਥੇ ਆਪਣਾ ਸੂਚਨਾ ਦੇਵੇ ਉੱਥੇ ਆਪਣੇ ਆਪ ਨੂੰ ਬਾਕੀ ਪਰਿਵਾਰ ਦੇ ਨਾਲੋਂ, ਸਮਾਜ ਨਾਲੋਂ ਆਪਣੇ ਆਪ ਨੂੰ ਵੈਸੇ ਹੀ ਅਲੱਗ ਕਰਕੇ ਜਿਹੜਾ ਉਹ ਆਈਸੋਲੇਸ਼ਨ ਦੇ ਵਿੱਚ ਚਲੇ ਜਾਵੇ, ਉਹ ਵੀ ਇੱਕ ਬਹੁਤ ਜ਼ਰੂਰੀ ਜਿਹੜਾ ਸਾਨੂੰ ਕਰਨ ਵਾਲਾ ਕੰਮ ਹੈ। ਸੰਪਲਾ ਜੀ, ਸਰਕਾਰ ਵੱਲੋਂ ਲੱਖ ਵਾਧੇ ਕੀਤੇ ਜਾਂਦੇ ਆ, ਦੇਖਿਆ ਜਾਵੇ ਤਾਂ ਆਪਾਂ ਕੱਲ੍ਹ 4 ਪਿੰਡ ਘੁੰਮੇ ਸੀ, ਉਹ ਕਹਿੰਦੇ ਨਾ ਕੋਈ ਸਾਨੂੰ ਇੱਥੇ ਦੱਸਣ ਆਇਆ ਨਾ ਅਵੇਅਰ ਕਰਨ ਆਇਆ, ਕਿੰਨੀ ਕੁ ਸਕਸ਼ਮ ਰਹੀ ਹੈ ਸਰਕਾਰ ਇਸ ਪ੍ਰਤੀ? ਦੇਖੋ, ਪੰਜਾਬ ਸਰਕਾਰ ਨੂੰ ਮੈਂ ਦੇਖ ਰਿਹਾ ਕਿ ਆਹਵਾਨ ਤਾਂ ਕਰ ਰਹੀ ਹੈ, ਪਰ ਜਿੱਥੇ ਤੱਕ ਉਹਨਾਂ ਨੂੰ ਆਪਣੇ ਇੰਤਜ਼ਾਮ ਕਰਨ ਦੀ ਲੋੜ ਹੈ ਉੱਥੇ ਤੱਕ ਸ਼ਾਇਦ ਡਾਕਟਰ ਜਾਂ ਸਿਵਲ ਹਸਪਤਾਲਾਂ ਦੇ ਵਿੱਚ ਬਹੁਤ ਸਾਰੀ ਜਗ੍ਹਾ ਦੇ ਉੱਤੇ ਮੇਰੇ ਕੋਲ ਬੈਠਿਆ, ਹੁਣ ਤੁਹਾਡੇ ਬੈਠਿਆਂ ਦੇ ਉੱਤੇ ਵੀ ਮੇਰੇ ਕੋਲ ਕੁਛ 2-4 ਫੋਨ ਉਹਨਾਂ ਡਾਕਟਰਾਂ ਦੇ ਆਏ ਆ ਕਿ ਜਿਹੜੇ ਡਾਕਟਰ ਖੁਦ ਦੂਸਰਿਆਂ ਦੇ ਇਲਾਜ ਕਰਦੇ ਆ, ਉਹਨਾਂ ਨੂੰ ਵੀ ਨਹੀਂ ਪਤਾ ਕਿ ਇਹਦਾ ਕਰਨਾ ਕੀ ਹੈ, ਕਿ ਇਹਦੇ ਲਈ ਅਸੀਂ ਕਿਹਨੂੰ ਅਪਰੋਚ ਕਰੀਏ। ਸੋ ਜਿਹੜੇ ਜਿੱਥੇ ਇੱਕ ਇਸ ਚੀਜ਼ ਦੀ ਵੀ ਕਮੀ ਹੈ, ਔਰ ਉੱਥੇ ਜਦੋਂ ਅਸੀਂ ਥੋੜ੍ਹਾ ਜਿਹਾ ਦੁੱਖ ਵੀ ਹੁੰਦਾ ਕਿ ਸਮਾਨ ਜਿਹੜਾ ਪ੍ਰੋਪਰ ਜਿਹੜਾ ਉਹਨਾਂ ਕੋਲ ਇੰਤਜ਼ਾਮ ਹੀ ਨਹੀਂ, ਅਗਰ ਸਿਵਲ ਹਸਪਤਾਲ ਹੁਸ਼ਿਆਰਪੁਰ ਹੀ ਜਾ ਕੇ ਦੇਖੀਏ, ਉੱਥੇ ਗੰਦਗੀ ਸਫਾਈ ਦਾ ਕੋਈ ਇੰਤਜ਼ਾਮ ਨਹੀਂ ਹੈ, ਕੋਈ ਪ੍ਰੋਪਰ ਉੱਥੇ ਉਹਨਾਂ ਕੋਲ ਜਿਹੜਾ, ਕਿਉਂਕਿ ਬਹੁਤ ਸਾਰੇ ਲੋਕ ਜਾ ਕੇ ਮੇਰੇ ਕੋਲ ਆਏ ਵੀ ਉੱਥੇ ਤਾਂ ਸਾਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਹੈ। ਇਹ ਇੱਕ ਜਿਹੜੀ ਕਮੀ ਸਾਨੂੰ ਜ਼ਰੂਰ ਦੇਖਣ ਨੂੰ ਮਿਲੀ ਹੈ, ਪਰ ਮੈਂ ਇਹ ਕਹਾਂਗਾ
कि ਇਹ ਕੱਲਾ ਅਸੀਂ ਉਹਨਾਂ ਦੇ ਉੱਤੇ ਨਿਰਭਰ ਨਾ ਰੱਖੀਏ, ਅਸੀਂ ਆਪਣੇ ਆਪ ਨੂੰ ਵੀ ਕੁਛ ਨਾ ਕੁਛ ਕਰਨ ਦੀ ਜਿਹੜੀ ਰੱਖੀਏ, ਉਹਦੇ 'ਚ ਆਪਣਾ ਯੋਗਦਾਨ ਪਾਈਏ।